ਦੇ ਸੰਬੰਧ ਵਿੱਚ ਵਿਚਾਰ ਚਰਚਾ ਕਰ ਰਹੇ ਹਾਂ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਮੰਡੀ ਦੀ ਜਿਹੜੀ ਨੀਂਹ ਰੱਖੀ ਗਈ ਸੀ ਬਹੁਤ ਸਾਲ ਪਹਿਲਾਂ, ਉਦੋਂ ਇਸ ਦੀ ਲੋੜ ਸੀਗੀ, ਪਰੰਤੂ ਅੱਜ ਇਹ ਮੰਡੀ ਛੋਟੀ ਪੈ ਰਹੀ ਹੈ। ਜਿਸ ਤਰ੍ਹਾਂ ਮੰਡੀ ਦੇ ਆਲੇ ਦੁਆਲੇ ਡਿਵੈਲਪਮੈਂਟ ਹੋਈ ਹੈ, ਉਹਦੇ ਨਾਲ ਆੜ੍ਹਤੀ ਭਰਾਵਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਨੇ। ਨੰਬਰ ਇੱਕ ਤਾਂ ਉਰੇ ਗੇਟ ਨਹੀਂ ਸੀਗੇ, ਕੋਈ ਚਾਰ ਦੀਵਾਰੀ ਨਹੀਂ ਸੀਗੀ, ਪ੍ਰੋਪਰ ਸਟਰੀਟ ਲਾਈਟਾਂ ਦਾ ਪ੍ਰਬੰਧ ਨਹੀਂ ਸੀਗਾ। ਅਸੀਂ ਇਸ ਵਾਸਤੇ ਵਚਨਬੱਧ ਹੈ ਕਿ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੀ ਡਿਵੈਲਪਮੈਂਟ ਕਰਾਉਣੀ ਹੈ। ਮਾਨ ਸਾਹਿਬ ਨੇ ਸਪੈਸ਼ਲ ਤੌਰ 'ਤੇ ਡਾਕਟਰ ਬਲਬੀਰ ਸਿੰਘ ਜੀ ਦੇ ਕਹਿਣ 'ਤੇ ਇਸ ਮੰਡੀ ਵਾਸਤੇ ਸਾਨੂੰ 60 ਲੱਖ ਰੁਪਇਆ ਦਿੱਤਾ, ਜਿਹਦੇ ਨਾਲ ਸਾਡੇ ਗੇਟ ਲੱਗਣਗੇ, ਚਾਰ ਦੀਵਾਰੀ ਮੁਕੰਮਲ ਹੋਊ ਔਰ ਨਾਲ ਸਟਰੀਟ ਲਾਈਟਾਂ ਦਾ ਕੰਮ ਮੁਕੰਮਲ ਹੋਊ। ਇਹ ਕੰਮ ਵਿਦ ਇਨ 3 ਮੰਥ ਅਸੀਂ ਕੰਪਲੀਟ ਕਰ ਦਾਂਗੇ। ਇਹ ਤਾਂ ਇੱਕ ਬਹੁਤ ਛੋਟੀ ਗੱਲ ਹੈ, ਤਕਰੀਬਨ ਮੈਕਸੀਮਮ ਆੜ੍ਹਤੀ ਭਰਾ ਸਾਡਾ ਆਪਣਾ ਪਰਿਵਾਰ ਹੀ ਹੈ, 2 ਭਰਾ ਤਾਂ ਮੇਰੇ ਪਿੰਡੋਂ ਹੀ ਨੇ, ਮੇਰੇ ਭਰਾ ਨੇ ਆੜ੍ਹਤੀ ਭਰਾ ਤੁਹਾਡੇ ਨਾਲ ਹੀ ਅਹੁਦੇਦਾਰ ਨੇ, ਅਤੇ ਬਾਕੀ ਵੀ ਸਾਰੇ ਜਾਣ ਪਹਿਚਾਣ ਵਾਲੇ ਸਾਥੀ ਹੋ ਤੁਸੀਂ, ਆਪਾਂ ਆਪਣਾ ਪਰਿਵਾਰ ਹੀ ਹੈ, ਕੋਈ ਵੱਖਰੀ ਗੱਲ ਨਹੀਂ। ਆਪਸ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ, ਇੱਕ ਦੂਜੇ ਨੂੰ ਪਹਿਚਾਣਦੇ ਹਾਂ। ਪ੍ਰਗਟ ਜੀ ਬੈਠੇ ਨੇ ਸਾਡੇ ਗੁਆਂਢੀ ਜਾਲਾ ਤੋਂ, ਰਣਧੀਰ ਨਰੀਨਾ ਜੀ ਬੈਠੇ ਨੇ, ਸਾਰੇ ਆਪਣੇ ਭਰਾ ਹੀ ਨੇ। ਸੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਜੋ ਲੋਕਾਂ ਦੀ ਸੇਵਾ ਵਾਸਤੇ ਆਈ ਹੈ, 2 ਸਾਲਾਂ 'ਚ ਜੋ ਸਾਡੇ ਕੋਲ ਪੈਸੇ ਨਾ ਹੋਣ ਦੇ ਬਾਵਜੂਦ ਸਰਕਾਰ ਨੇ ਕੰਮ ਕੀਤੇ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਭਾਵੇਂ ਸਾਰੇ ਪਰਿਵਾਰਾਂ ਨੂੰ 600 ਯੂਨਿਟ ਮੁਫਤ ਬਿਜਲੀ ਦੇਣ ਦੀ ਗੱਲ ਹੈ, ਭਾਵੇਂ 43,000 ਤੋਂ ਵੱਧ ਨੌਕਰੀਆਂ ਦੇਣ ਦੀ ਗੱਲ ਹੈ, ਭਾਵੇਂ ਮੁਹੱਲਾ ਕਲੀਨਿਕ ਡਾਕਟਰ ਬਲਵੀਰ ਸਿੰਘ ਜੀ ਨੇ 900 ਦੇ ਕਰੀਬ ਮੁਹੱਲਾ ਕਲੀਨਿਕ ਪੂਰੇ ਪੰਜਾਬ 'ਚ ਬਣਾਏ ਨੇ, ਲੋਕਾਂ ਨੂੰ ਹਸਪਤਾਲਾਂ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ ਔਰ ਵਧੀਆ ਸਕੂਲ ਬਣਾਏ ਜਾ ਰਹੇ ਨੇ। ਬੇਸਿਕ ਲੋੜਾਂ ਜਿਹੜੀਆਂ ਸਾਡੀਆਂ ਨੇ, ਚਾਹੇ ਉਹ ਸਿਹਤ ਦੇ ਨਾਲ ਸੰਬੰਧਿਤ ਹੈ, ਚਾਹੇ ਸਿੱਖਿਆ ਨਾਲ ਸੰਬੰਧਿਤ ਹੈ, ਚਾਹੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨ ਨਾਲ ਸੰਬੰਧਿਤ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 4 ਸਾਲ ਹੋ ਗਏ ਜੋ ਸਾਡਾ ਫੰਡ ਸੀਗਾ ਰੂਰਲ ਡਿਵੈਲਪਮੈਂਟ ਦਾ, ਜਿਹਦੇ ਨਾਲ ਆਪਣੀਆਂ ਮੰਡੀਆਂ ਦੀ ਡਿਵੈਲਪਮੈਂਟ ਹੋਣੀ ਹੈ, ਸੜਕਾਂ ਦੀ ਡਿਵੈਲਪਮੈਂਟ ਹੋਣੀ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰੋਕ ਰੱਖਿਆ, ਅੱਜ ਸਾਡਾ 6500 ਕਰੋੜ ਰੁਪਈਆ ਰੋਕਿਆ ਹੋਇਆ ਔਰ ਸਾਡੀਆਂ 9 ਸਾਲਾਂ ਤੋਂ ਲਿੰਕ ਰੋਡ ਦੀ ਮੁਰੰਮਤ ਨਹੀਂ ਹੋਈ। ਪੂਰੇ ਪੰਜਾਬ ਦੀਆਂ ਤਕਰੀਬਨ 8105 ਸੜਕਾਂ ਨੇ ਜਿਨ੍ਹਾਂ ਦੀ ਮੁਰੰਮਤ ਹੋਣੀ ਜ਼ਰੂਰੀ ਹੈ, ਕਿਉਂਕਿ ਹਰ 6 ਸਾਲ ਬਾਅਦ ਲਿੰਕ ਰੋਡ ਦੀ ਮੁਰੰਮਤ ਹੁੰਦੀ ਹੈ ਔਰ ਇਹਨਾਂ ਦੀ ਲੰਬਾਈ 17,000 ਕਿਲੋਮੀਟਰ ਤੋਂ ਵੱਧ ਹੈ, ਜਿਹਦੇ ਉੱਤੇ ਤਕਰੀਬਨ 2,892 ਕਰੋੜ ਦਾ ਖਰਚ ਆਉਣਾ ਹੈ। ਔਰ ਜਦੋਂ ਹੁਣ ਪਿਛਲੇ ਸਾਲ ਹੜ੍ਹ ਆਏ, ਅਸੀਂ ਤਾਂ ਆਸ ਰੱਖਦੇ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੀ ਪੀੜਿਤ ਜਨਤਾ ਵਾਸਤੇ ਕੋਈ ਪੈਕੇਜ ਦੇਣਗੇ 15,000 ਕਰੋੜ ਦਾ, ਤਾਂ ਕਿ ਸਾਡੇ ਕਿਸਾਨ ਭਰਾਵਾਂ ਨੂੰ, ਮਜ਼ਦੂਰ ਭਰਾਵਾਂ ਨੂੰ ਜਾਂ ਸਾਡੇ ਆੜ੍ਹਤੀ ਭਰਾਵਾਂ ਨੂੰ ਜਿਹੜੇ ਸ਼ੈੱਡਾਂ ਦੀ ਲੋੜ ਹੈ, ਮੰਡੀਆਂ ਡਿਵੈਲਪ ਕਰਨ ਦੀ ਲੋੜ ਆ, ਉਹਦੇ ਵਾਸਤੇ ਉਹ ਪੈਸਾ ਵਰਤੀਏ। ਪਰੰਤੂ ਮੋਦੀ ਸਾਹਿਬ ਨੇ ਨਾ ਉਹ ਪੈਸਾ ਦਿੱਤਾ, ਨਾ ਸਾਡਾ RDF ਦਾ ਪੈਸਾ ਦਿੱਤਾ ਜਿਹੜਾ ਅੱਜ 6500 ਕਰੋੜ ਰੁਪਏ ਦੇ ਕਰੀਬ ਉਹਨਾਂ ਕੋਲ ਪੈਂਡਿੰਗ ਪਿਆ। ਭਾਵੇਂ ਕਿ ਮਾਨ ਸਾਹਿਬ ਨੇ ਉਹ ਪੈਸਾ ਲੈਣ ਵਾਸਤੇ ਪਹਿਲਾਂ ਅਮਿਤ ਸ਼ਾਹ ਜੀ ਨਾਲ, ਮੋਦੀ ਜੀ ਨਾਲ, ਖੇਤੀਬਾੜੀ ਮੰਤਰੀ ਨਾਲ ਮੀਟਿੰਗਾਂ ਕੀਤੀਆਂ, ਪਰੰਤੂ ਉਹਨਾਂ ਨੂੰ ਪੰਜਾਬ ਨਾਲ ਨਫ਼ਰਤ ਹੈ, ਉਹ ਸਿਰਫ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣ ਦੀ ਗੱਲ ਕਰਦੇ ਨੇ। ਪਰੰਤੂ ਜੋ ਆਮ ਲੋਕਾਂ ਵਾਸਤੇ ਡਿਵੈਲਪਮੈਂਟ ਦੀ ਗੱਲ ਹੈ,
ਭਾਰਤੀ ਜਨਤਾ ਪਾਰਟੀ ਦੇ ਮਨ 'ਚ ਕੋਈ ਦਰਦ ਨਹੀਂ ਹੈ। ਤੁਹਾਨੂੰ ਪਤਾ ਹੈ ਸਾਡੇ ਕਿਸਾਨ ਮਜ਼ਦੂਰ ਪਹਿਲਾਂ 1.25 ਸਾਲ ਦਿੱਲੀ ਦੇ ਬਾਰਡਰਾਂ ਤੋਂ ਬੈਠ ਕੇ ਆ ਗਏ। ਅੱਜ ਵੀ ਮੋਦੀ ਸਰਕਾਰ ਦੀ ਨੀਅਤ ਹੈ ਕਿ ਮੰਡੀ ਸਿਸਟਮ ਨੂੰ ਖਤਮ ਕਰਨਾ। ਉਹ ਚਾਹੁੰਦੇ ਨੇ ਕਿ ਵੱਡੇ ਕਾਰਪੋਰੇਟ ਆਪਣੇ ਜਗ੍ਹਾ ਖਰੀਦ ਕੇ ਉੱਥੇ ਸੀਲੋ ਬਣਾਉਣ, ਉਹ ਸੀਲੋਆਂ ਦੇ ਵਿੱਚ ਉਹ ਡਾਇਰੈਕਟ ਪਰਚੇਜ ਕਰਕੇ ਕਿਸਾਨਾਂ ਤੋਂ ਫਸਲ ਉੱਥੇ ਸਟੋਰ ਕਰਨ। ਇੱਕ ਬਹੁਤ ਵੱਡੀ ਚਾਲ ਹੈ ਜਿਹਦੇ ਵਿੱਚ ਸਾਡੇ ਕਿਸਾਨ ਭਰਾਵਾਂ ਨੇ ਸੰਘਰਸ਼ ਕੀਤਾ, ਆਪਾਂ ਉਸ ਚਾਲ ਨੂੰ ਰੋਕਣ 'ਚ ਸਫਲ ਹੋਏ। ਪਰੰਤੂ ਹਲੇ ਵੀ ਮੈਂ ਹੁਣ ਦੇਖਦਾ ਮੰਡੀ ਬੋਰਡ ਦੇ ਵਿੱਚ ਸਾਨੂੰ ਜਿਹੋ ਜਿਹੇ ਪੱਤਰ ਆਉਂਦੇ ਨੇ, ਜਿਹੋ ਜਿਹੇ ਕੇਂਦਰ ਸਰਕਾਰ ਦੀਆਂ ਨੀਤੀਆਂ ਆਉਂਦੀਆਂ ਨੇ, ਉਹਨਾਂ ਤੋਂ ਸਪਸ਼ਟ ਨਜ਼ਰ ਆਉਂਦਾ ਕਿ ਉਹ ਪੰਜਾਬ ਦਾ ਮੰਡੀ ਸਿਸਟਮ ਜਿਹੜਾ ਦੁਨੀਆ ਦਾ 1 ਨੰਬਰ ਦਾ ਮੰਡੀ ਸਿਸਟਮ ਆ ਉਹਨੂੰ ਤਬਾਹ ਕਰਨ ਵਾਸਤੇ ਕੇਂਦਰ ਸਰਕਾਰ ਲੱਗੀ ਹੋਈ ਹੈ। ਇਸ ਲਈ ਮੈਂ ਆੜ੍ਹਤੀ ਵੀਰਾਂ ਨੂੰ ਵੀ ਸੁਚੇਤ ਕਰਦਾ ਕਿ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋ। ਜਦੋਂ ਆਪਾਂ ਵੋਟਾਂ ਪਾਉਂਦੇ ਹਾਂ ਉਦੋਂ ਵੀ ਧਿਆਨ ਰੱਖੋ, ਕਿਉਂਕਿ ਜਿਹੜੀ ਸਰਕਾਰ ਸਾਡੇ ਰੁਜ਼ਗਾਰ 'ਤੇ ਲੱਤ ਮਾਰਨ ਜਾ ਰਹੀ ਹੈ, ਜਿਹੜੀ ਸਰਕਾਰ ਸਾਡੇ ਕਾਰੋਬਾਰ 'ਤੇ ਲੱਤ ਮਾਰਨ ਜਾ ਰਹੀ ਹੈ, ਅਸੀਂ ਧਾਰਮਿਕ ਜਜ਼ਬਾਤੀ ਹੋ ਕੇ ਉਹਨਾਂ ਨੂੰ ਕਿਉਂ ਵੋਟਾਂ ਪਾਉਂਦੇ ਹਾਂ? ਭਾਵੇਂ ਕਿ ਅੱਜ ਜਿਸ ਭਗਵਾਨ ਰਾਮ ਨੂੰ ਅਸੀਂ ਸਾਰੇ ਮੰਨਦੇ ਹਾਂ, ਸਾਡੇ ਵਾਸਤੇ ਰਾਮ ਤੋਂ ਵੱਧ ਪੂਜਦੇ ਹਾਂ ਕੋਈ ਨਹੀਂ। ਭਗਵਾਨ ਰਾਮ ਦੀ ਜਿੰਨੀ ਕਿਸੇ ਮੰਦਰ ਅੱਗੋਂ ਅਸੀਂ ਲੰਘਦੇ ਹਾਂ, ਕਿਸੇ ਗੁਰਦੁਆਰੇ ਅੱਗੋਂ ਲੰਘਦੇ ਹਾਂ, ਕਿਸੇ ਮਸਜਿਦ ਅੱਗੋਂ ਲੰਘਦੇ ਹਾਂ, ਸਾਡਾ ਤਾਂ ਸਿਰ ਆਪਣੇ ਆਪ ਝੁੱਕ ਜਾਂਦਾ ਜਾਂਦੇ ਜਾਂਦੇ। ਅਸੀਂ ਆਪਣੇ ਮਨ ਦੇ ਵਿੱਚ ਮੱਥਾ ਟੇਕਦੇ ਹਾਂ ਕਿ ਇਹ ਧਾਰਮਿਕ ਜਗ੍ਹਾ। ਸੋ ਅੱਜ ਅਯੋਧਿਆ ਵਿੱਚ ਵੀ ਮੋਦੀ ਸਾਹਿਬ ਨੂੰ ਲੋਕਾਂ ਨੇ ਜਵਾਬ ਦਿੱਤਾ, ਉੱਥੇ ਦੀ ਸੀਟ ਵੀ ਉਹਨਾਂ ਦੀ ਹਰਾ ਤੀ ਅਯੋਧਿਆ ਦੀ। ਸੋ ਇਹ ਗੱਲਾਂ ਜਿਹੜੇ ਸੂਝਵਾਨ ਲੋਕ ਨੇ ਉਹ ਸਮਝਦੇ ਨੇ। ਅੱਜ ਆਰਥਿਕ ਤਰੱਕੀ ਸਾਡੇ ਵਾਸਤੇ ਜ਼ਰੂਰੀ ਹੈ। ਜੇ ਅਸੀਂ ਆਰਥਿਕ ਤੌਰ 'ਤੇ ਕੰਮ ਕਰਾਂਗੇ, ਸਾਡੇ ਕਾਰੋਬਾਰ ਵਧਣਗੇ, ਸਾਡੇ ਇਨਫਰਾਸਟ੍ਰਕਚਰ ਡਿਵੈਲਪ ਹੋਣਗੇ, ਤਾਂ ਹੀ ਅਸੀਂ ਅੱਗੇ ਵੱਧ ਸਕਾਂਗੇ। ਬਾਕੀ ਗੱਲਾਂ ਧਾਰਮਿਕ ਤੌਰ 'ਤੇ ਜਿੱਡੇ ਮਰਜ਼ੀ ਜਕਾਰੇ ਛੱਡ ਲਓ, ਨਾਰੇ ਮਾਰ ਲਓ, ਉਹਦਾ ਕੋਈ ਮੁੱਲ ਨਹੀਂ ਹੈ। ਜਦੋਂ ਤੁਸੀਂ ਆਰਥਿਕ ਤੌਰ 'ਤੇ ਮਜ਼ਬੂਤ ਹੋ ਜਾਂਦੇ ਹੋ ਤਾਂ ਉਹਦੇ ਨਾਲ ਆਪਣੇ ਆਪ ਕਾਰੋਬਾਰ ਅੱਗੇ ਵੱਧ ਜਾਂਦਾ। ਸੋ ਵੀਰੋ, ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ। ਪਹਿਲਾਂ ਤਾਂ ਮੈਂ ਤੁਹਾਡੀ ਇਸ ਐਸੋਸੀਏਸ਼ਨ ਜਿਹੜੀ ਤੁਸੀਂ ਆੜ੍ਹਤੀਆਂ ਦੀ ਬਣਾਈ ਹੈ, ਸਾਰਿਆਂ ਨੂੰ ਵਧਾਈ ਦਿੰਦਾ ਔਰ ਨਾਲ ਤੁਹਾਨੂੰ ਬੇਨਤੀ ਵੀ ਕਰਦਾ ਕਿ ਆਪਾਂ ਅਸਲੀਅਤ ਨੂੰ ਸਮਝੋ। ਇੱਕ ਪਾਸੇ ਆਮ ਆਦਮੀ ਦੀ ਸਰਕਾਰ ਹੈ, ਦੂਜੇ ਪਾਸੇ ਅਕਾਲੀ ਕਾਂਗਰਸੀ, ਜਿਹੜਾ ਪੰਜਾਬ ਦੇ ਸਿਰ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੜ੍ਹਿਆ ਹੈ, ਉਹ ਪਿਛਲੇ 20 ਸਾਲਾਂ 'ਚ ਅਕਾਲੀ ਕਾਂਗਰਸੇ ਨਹੀਂ ਚੜ੍ਹਾਇਆ, ਆਮ ਆਦਮੀ ਪਾਰਟੀ ਤਾਂ ਹੁਣ ਆਈ ਹੈ। ਅਸੀਂ ਤਾਂ ਉਹਨਾਂ ਦਾ ਵਿਆਜ ਦਿੰਦੇ ਰਹਿ ਗਏ। ਮੈਂ ਹੁਣ ਮੰਡੀ ਬੋਰਡ ਦੇ ਵਿੱਚ ਚਾਹੁੰਦਾ ਸੀ ਬਹੁਤ ਡਿਵੈਲਪਮੈਂਟ ਕਰਨੀ, ਪਰੰਤੂ ਜਿਹੜਾ ਪਿਛਲਾ ਕੈਪਟਨ ਸਾਹਿਬ ਦਾ, ਬਾਦਲ ਸਾਹਿਬ ਦਾ ਕਰਜ਼ਾ ਲਿਆ ਹੋਇਆ ਸੀ, ਅਸੀਂ ਤਾਂ ਉਹਦੀਆਂ ਕਿਸ਼ਤਾਂ ਭਰ ਰਹੇ ਹਾਂ ਜਿਹੜੀ ਮੰਡੀ ਬੋਰਡ ਦੀ ਇਨਕਮ ਹੈ। ਮੈਂ ਤੁਹਾਨੂੰ ਖੁਸ਼ੀ ਨਾਲ ਦੱਸਣੀ ਚਾਹੁੰਦਾ, ਅਸੀਂ ਤਾਂ ਇਨਕਮ ਵਧਾ ਰਹੇ ਹਾਂ। ਸਾਰੇ ਪੰਜਾਬ 'ਚ ਪਿਛਲੇ ਸਾਲ ਨਾਲੋਂ ਇਨਕਮ ਵਧੀ ਹੈ। ਇਕੱਲੇ ਕਿਸਾਨ ਭਵਨ ਦੀ ਇਨਕਮ ਜਿਹੜਾ ਚੰਡੀਗੜ੍ਹ 'ਚ 35 ਸੈਕਟਰ 'ਚ ਬਣਿਆ, ਮੈਂ ਉਹਨੂੰ ਪ੍ਰੋਪਰ ਮੈਨੇਜ ਕਰਾ ਕੇ ਡਿਵੈਲਪ ਕੀਤਾ। ਉਹਦੀ ਇਨਕਮ ਮੇਰੇ ਤੋਂ ਆਉਣ ਤੋਂ ਪਹਿਲਾਂ 43 ਲੱਖ ਸਾਲ ਦੀ ਸੀ, ਅੱਜ 3 ਕਰੋੜ 80 ਲੱਖ ਸਾਲ ਦੀ ਇਨਕਮ ਹੋਈ ਹੈ, 8 ਗੁਣਾ ਇਨਕਮ ਵਧਾਈ ਆ ਉਹਦੀ। ਉਹ ਪੈਸਾ ਕਿੱਥੇ ਖਰਚ ਹੋਣਾ? ਪੈਸਾ ਆਪਣੀ ਡਿਵੈਲਪਮੈਂਟ 'ਤੇ ਖਰਚ ਹੋਣਾ। ਇਸ ਲਈ ਸਾਡੀ ਸੋਚ ਬੜੀ ਸਪਸ਼ਟ ਹੈ, ਅਸੀਂ ਚਾਹੁੰਦੇ ਹਾਂ ਕਿ ਆਪਣੀ ਇਨਕਮ ਵਧਾ ਕੇ ਆਪਣੇ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਕੇ। ਜੇ ਅੱਜ ਇੱਥੇ ਮੈਨੂੰ ਆੜ੍ਹਤੀ ਭਰਾ ਦੱਸ ਰਹੇ ਸੀ ਕਿ ਅਸੀਂ ਆਪਣੇ ਤੌਰ 'ਤੇ ਉਰੇ ਚੌਕੀਦਾਰ ਰੱਖੇ ਨੇ, ਸਫਾਈ ਸੇਵਕ ਰੱਖੇ ਨੇ, ਤਾਂ ਕਿ ਮੰਡੀ ਦਾ ਵਾਤਾਵਰਨ ਵਧੀਆ ਰਹੇ। ਪਿਛਲੇ ਸਾਲ ਵੀ ਮੈਂ ਬੂਟੇ ਲਾਏ ਸੀ। ਐਤਕੀ ਵੀ ਤੁਹਾਨੂੰ ਬੇਨਤੀ ਕਰਦਾ ਕਿ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇੱਕ ਬੂਟਾ ਆਪਣੀ ਦੁਕਾਨ ਦੇ ਸਾਹਮਣੇ ਲਾ ਲਓ, ਉਹਨੂੰ ਪ੍ਰੋਪਰ ਟ੍ਰੀ ਗਾਰਡ ਲਾ ਕੇ ਉਹਦੇ ਵਿੱਚ ਪਾਣੀ ਪਾਓ, ਇੱਕ ਯਾਦਾਸ਼ਤ ਵੀ ਰਹੂਗੀ ਅਤੇ ਇੱਕ ਵਾਤਾਵਰਨ ਵੀ ਸ਼ੁੱਧ ਹੋਊਗਾ। ਇਸ ਲਈ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ।
ਕਿਉਂਕਿ ਸਮਾਂ ਘੱਟ ਹੈ, ਡਾਕਟਰ ਸਾਹਿਬ ਨੇ ਅੱਗੇ ਵੀ ਜਾਣਾ। ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਤਕੜੇ ਹੋ ਕੇ ਆਪਾਂ ਰਲ ਮਿਲ ਕੇ ਪੰਜਾਬ ਦੀ ਡਿਵੈਲਪਮੈਂਟ ਕਰੀਏ, ਔਰ ਜੋ ਵੀ ਤੁਹਾਡੀਆਂ ਲੋੜਾਂ ਨੇ, ਤੁਹਾਡੀਆਂ ਲੋੜਾਂ ਨਹੀਂ ਸਾਡੀਆਂ ਲੋੜਾਂ ਨੇ, ਸਾਨੂੰ ਦੱਸੋ, ਆਪਾਂ ਰਲ ਮਿਲ ਕੇ ਉਹਨਾਂ ਨੂੰ ਹੱਲ ਕਰਾਂਗੇ। ਇੱਕ ਵਾਰ ਫਿਰ ਮੈਂ ਸਾਰੀ ਸੰਸਥਾ ਸੈਣੀ ਸਾਹਿਬ ਨੂੰ, ਸਾਡੇ ਪ੍ਰਧਾਨ ਜੀ ਨੂੰ ਅਤੇ ਬਾਕੀ ਸਾਰੇ ਭਰਾਵਾਂ ਨੂੰ ਵਧਾਈ ਦਿੰਦਾ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।